ਹਾਂਜੀ ਦੋਸਤੋ, ਅੱਜ ਮੈਂ ਤੁਹਾਨੂੰ ਦੱਸਦੀ ਹਾਂ ਆਪਦੇ ਨਾਲ ਜਿਹੜੀ ਗੱਲ ਬੀਤੀ ਕੁਛ ਕੁ ਮਹੀਨੇ ਪਹਿਲਾਂ। ਮੇਰੀ ਕੁੜੀਆਂ ਨਾਲ ਹੈਗੀ ਸੀ ਇੱਥੇ ਗਰੋਸਰੀ ਸਾਂਝੀ, ਮਤਲਬ ਰੋਟੀ ਪਾਣੀ ਸਾਂਝਾ ਸੀ। ਜਨੈਟ ਨਿਊਜ਼ ਦੇਖ ਰਹੇ ਸਾਰੇ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ। ਇਹ ਪੰਜਾਬੀ ਕੁੜੀ ਦੇ ਦੁਆਰਾ ਕੈਨੇਡਾ ਦੇ ਅਸਲ ਹਾਲਾਤ ਦੱਸੇ ਗਏ ਹਨ ਕਿ ਕਿਵੇਂ ਪੰਜਾਬੀ ਕੁੜੀਆਂ ਹੀ ਪੰਜਾਬੀ ਕੁੜੀਆਂ ਦੇ ਨਾਲ ਧੱਕਾ ਕਰ ਰਹੀਆਂ ਹਨ। ਸੋ ਆਓ ਲੈ ਚੱਲਦੇ ਹਾਂ ਸਿੱਧਾ ਹੀ ਇਸ ਵੀਡੀਓ ਦੇ ਵੱਲ। ਹੈਲੋ, ਹਾਂਜੀ ਦੋਸਤੋ, ਅੱਜ ਮੈਂ ਤੁਹਾਨੂੰ ਦੱਸਦੀ ਹਾਂ ਆਪਦੇ ਨਾਲ ਜਿਹੜੀ ਗੱਲ ਬੀਤੀ ਕੁਛ ਕੁ ਮਹੀਨੇ ਪਹਿਲਾਂ। ਮੇਰੀ ਕੁੜੀਆਂ ਨਾਲ ਹੈਗੀ ਸੀ ਇੱਥੇ ਗਰੋਸਰੀ ਸਾਂਝੀ, ਮਤਲਬ ਰੋਟੀ ਪਾਣੀ ਸਾਂਝਾ ਸੀ। ਮਤਲਬ ਇੱਕ ਜਣਾ ਲੈ ਆਉਂਦਾ ਸੀਗਾ, ਹੈ ਨਾ, ਅਤੇ ਚੱਲ ਜਿਹਦੇ ਕੋਲ ਗੱਡੀ ਸੀ ਉਹ ਲੈ ਆਉਂਦਾ ਸੀ, ਬਾਕੀਆਂ ਨੂੰ ਬਿੱਲ ਬਣਾ ਕੇ ਦੇ ਦਿੱਤਾ ਜਾਂਦਾ ਸੀਗਾ ਵੀ ਭਾਈ ਅੱਜ 800 ਦਾ ਰਾਸ਼ਨ ਆ ਗਿਆ, ਸਾਰਿਆਂ ਦਾ ਇੱਦਾਂ 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 ਕਰਕੇ ਕਿੰਨਾ ਵੀ ਆ ਗਿਆ। ਪਹਿਲਾਂ ਨੋਰਮਲ ਆਉਂਦਾ, ਜਦੋਂ ਮਤਲਬ ਪਤਾ ਲੱਗਦਾ ਇੱਥੇ 250 ਤੱਕ ਗਰੋਸਰੀ ਪੂਰੀ ਵਧੀਆ ਫਰੂਟਸ ਦੇ ਨਾਲ, ਹੈ ਨਾ, ਹੋ ਜਾਂਦੀ ਆ। ਅਤੇ ਉਹ ਦੁਖੀ ਹੋਇਆ ਵੀ ਉਹ ਤਿੰਨ ਤਿੰਨ ਚਾਰ 400 ਬਿੱਲ ਆਉਣ ਲੱਗ ਗਏ। ਉਹ ਕੁੜੀ ਕਹਿੰਦੀ ਨਾਲ ਦੀ ਵੀ ਇੱਕ ਕਹਿੰਦੀ ਵੀ ਮੇਰੇ 'ਚ ਇੰਨੀ ਪਹੁੰਚ ਨਹੀਂ ਵੀ ਮੈਂ ਤਾਂ ਨਹੀਂ ਖਰਚਾ ਚੱਕ ਸਕਦੀ, ਵੀ ਪਲੀਜ਼ ਮੈਂ ਆਪਣੀ ਗਰੋਸਰੀ ਐਡ ਕਰਨੀ ਆ, ਠੀਕ ਹੈ। ਅਤੇ ਉਹ ਜਿਹੜੀ ਕੁੜੀ ਮੇਨ ਸੀ, ਜਿਹੜੀ ਸੌਦਾ ਲੈ ਕੇ ਆਉਂਦੀ ਹੁੰਦੀ ਸੀ, ਜਿਹਦੇ ਕੋਲ ਗੱਡੀ ਸੀ, ਉਹ ਕਹਿੰਦੀ ਵੀ ਜੇ ਤੂੰ ਨਾ ਆਪਦੀ ਗਰੋਸਰੀ ਐਡ ਕਰਨੀ ਆ ਤਾਂ ਫਿਰ ਠੀਕ ਆ, ਆਪਦਾ ਰਾਸ਼ਨ ਐਡ ਲਿਆ। ਮੈਂ ਉਹਨੂੰ ਕਿਹਾ ਵੀ ਰਾਸ਼ਨ ਤਾਂ ਪਹਿਲਾਂ ਹੀ ਇੰਨਾ ਪਿਆ ਗਾ, ਵੀ ਆਪਣਾ ਇੰਨਾ ਸਮਾਨ ਪਿਆ ਗਾ, ਹੈ ਨਾ, ਵੀ ਇਹਦੇ ਵਿੱਚੋਂ ਤੈਨੂੰ ਡਿਵਾਈਡ ਕਰਕੇ ਦੇ। ਉਹ ਨਾ 3 ਕਿਲੋ ਖੰਡ ਸੀ, 3 ਕਿਲੋ ਖੰਡ। ਅਤੇ ਵੈਸੇ ਤਾਂ ਉਹ ਮਤਲਬ ਕਿ ਕਹਿੰਦੀ ਵੀ ਮੈਂ ਬਹੁਤ ਵੱਡੀ ਪੋਹ ਹਾਂ, ਜੋ ਹਾਂ, ਸ਼ਿਫਟ ਮੈਨੇਜਰਾਂ ਫਲਾਣਾ ਅਤੇ ਮਕਾ ਦੀਆਂ ਮੈਨੇਜਰ ਗਿਰੀਆਂ, ਠੀਕ ਹੈ। ਉਦੋਂ ਬਾਅਦ ਅਤੇ 3 ਕਿਲੋ ਖੰਡ ਪਿੱਛੇ ਮੈਨੂੰ ਉਹਨੇ ਪਿਕਅਪ ਕੀਤਾ ਮੇਰੀ ਜੋਬ ਤੋਂ, ਅਤੇ $20 ਉਹਨੂੰ ਮੈਂ ਪੇ ਕੀਤੇ। ਉਹ ਮੈਥੋਂ ਮੈਂ ਉਹਨੂੰ ਪੇ ਕਰਦੀ ਹੁੰਦੀ ਸੀਗੀ ਕਿ ਜਦੋਂ ਵੀ ਮੈਨੂੰ ਮੇਰੀ ਜੋਬ 'ਤੇ ਚੱਕਦੀ ਸੀ, ਉਸ ਟਾਈਮ ਮੇਰੇ ਕੋਲ ਗੱਡੀ ਨਹੀਂ ਸੀ, ਮੈਨੂੰ $20 ਇੱਕ ਪਾਸੇ ਦੇ ਪੇ ਕੀਤੇ। ਮੈਂ ਰੋਕ ਲਈ ਰਸਤੇ ਦੇ ਵਿੱਚ, ਮੈਂ ਕਿਹਾ ਵੀ ਯਾਰ ਤੁਸੀਂ, ਹੈ ਨਾ, ਵੀ ਉਹ ਕਹਿੰਦੀ ਵੀ ਹੁਣ ਰਾਸ਼ਨ ਅੱਡ ਕਰ ਲਿਆ, ਜੋ ਕਰ ਲਿਆ, ਬਹੁਤ ਕਰ ਲਿਆ। ਮੈਂ ਕਿਹਾ ਚੱਲ ਕੋਈ ਨਾ, ਵੀ ਜਿਹੜਾ ਉਹਦਾ ਰਾਸ਼ਨ ਬਣਦਾ ਉਹ ਤਾਂ ਤੁਸੀਂ ਦੇ ਦਿਓ, ਅਗਲੇ 'ਚ ਨਹੀਂ ਪਹੁੰਚ ਹੈਗੀ, ਉਹ ਨਹੀਂ ਇੰਨਾ ਖਰਚਾ ਕਰਨਾ ਚਾਹੁੰਦੀ, ਅਗਲਾ ਘੱਟ ਖਾਵੇ, ਅਗਲਾ ਵੱਧ, ਚਾਹੇ ਚਲੇ ਚਾਹੇ ਯਾਰ ਅਗਲਾ ਗੁਰੂ ਘਰ ਜਾ ਕੇ ਖਾਵੇ, ਹੈ ਨਾ, ਵੀ ਤੁਹਾਨੂੰ ਵੀ ਪ੍ਰੋਬਲਮ ਆ। ਉਹ ਕਹਿੰਦੀ ਖੰਡ ਤਾਂ ਨਹੀਂ ਮੈਂ ਦਿੰਦੀ। ਉਸ ਕੁੜੀ ਨੇ 3 ਕਿਲੋ ਖੰਡ ਦੱਬੀ ਉਹਦੀ, ਮਤਲਬ ਕਿ ਉਹ ਕੀ ਉਹ ਗਈ, ਹੈ ਨਾ, ਵਿਚਾਰੀ ਆਪਦਾ ਸਮਾਨ ਜਿਹਾ ਲੈ ਆਈ, ਹੈ ਨਾ, ਜਾ ਕੇ। ਜਿਹੜੀ ਕੁੜੀ ਨੇ ਖੰਡ ਦੱਬੀ 3 ਕਿਲੋ, ਉਹ ਇੱਥੋਂ ਦੀ PR ਸੀ, ਅਤੇ ਆਪਦਾ ਉਹਦੇ ਕੋਲ ਘਰ ਸੀਗਾ। ਅਤੇ ਯਾਰ ਮੈਨੂੰ ਐਂ ਨਹੀਂ ਸਮਝ ਲੱਗਦੀ, ਹੁਣ ਮੈਨੂੰ ਇਹ ਕਹਿਣੀ ਹੈ ਵੀ ਜਿਹੜੀ ਤੂੰ 3 ਕਿਲੋ ਖੰਡ ਦੱਬੀ ਸੀ ਉਹਦੇ ਨਾਲ ਦੂਜਾ ਘਰ ਲੈ ਲਈ, ਕੋਈ ਬੰਗਲਾ ਲਵੀਂ, ਜਿਹੜਾ ਪਹਿਲਾਂ ਨਾਲ ਘਰ ਲਿਆ ਬੇਕਾਰ ਜਾ ਉਹ ਨਾ ਲਵੀਂ, ਕੋਈ ਬੰਗਲਾ ਲਵੀਂ, ਵੀ ਕੋਈ ਗੱਲ ਬਣਤਾ ਜਾਵੇ, ਪਤਾ ਤਾਂ ਲੱਗ ਜੇ ਵੀ ਖੰਡ ਲੱਗੀ ਆ ਬੰਗਲੇ 'ਤੇ, ਉਹ ਤੂੰ ਦੂਜਿਆਂ ਦਾ ਖਾ ਖਾ ਕੇ, ਹੈ ਨਾ, ਕਿੱਥੋਂ ਤੂੰ ਮਹਿਲ ਖੜ੍ਹੇ ਕਰ ਲੇਂਗੀ। ਇਹ ਨਾ ਕਿ ਦਿਖਾਵੇ ਨੂੰ ਲੋਕ ਗੁਰਦੁਆਰਾ ਸਾਹਿਬ ਜਾਂਦੇ ਆ, ਪਰ ਅੰਦਰੋਂ ਮਨ ਉਹੋ ਜਿਹਾ ਲੋਕਾਂ ਦਾ ਨਹੀਂ ਹੁੰਦਾ। ਜ਼ਰੂਰੀ ਨਹੀਂ ਹੈਗਾ ਕਿ, ਹੈ ਨਾ, ਵੀ ਜੇ ਇੱਥੋਂ ਦੇ ਲੋਕ ਦੇਖਣ 'ਚ ਚੰਗੇ ਲੱਗਦੇ ਨੇ, ਜਾਣਾ ਗੁਰੂ ਘਰ ਆ, ਕਰਨੀਆਂ ਚੰਗੀਆਂ ਗੱਲਾਂ, ਪਰ ਅੰਦਰੋਂ ਜੋ ਸਟੂਡੈਂਟਾਂ ਨੂੰ ਨਵਿਆਂ ਨੂੰ ਖਾਣਾ, ਜਿਵੇਂ ਜਿਵੇਂ ਸੁਰਤ ਆਉਂਦੀ ਹੈ ਨਾ ਜਵਾਕਾਂ ਨੂੰ, ਉਹ ਸੰਭਲਦੇ ਜਾਂਦੇ ਨੇ, ਹੈ ਨਾ। ਉਹਨਾਂ ਦੇ ਕ੍ਰੈਡਿਟ ਕਾਰਡ ਨਹੀਂ ਬਣੇ ਹੁੰਦੇ, ਉਹਨਾਂ ਦਾ ਕੋਈ ਡੈਬਿਟ ਕਾਰਡ ਨਹੀਂ ਆਇਆ ਹੁੰਦਾ ਬੈਂਕ ਤੋਂ, ਫਿਲਹਾਲ ਉਹ ਨਿਊ ਹੁੰਦੇ ਨੇ, ਬੜੀ ਲੁੱਟ ਮਚਾਈ ਜਾਂਦੀ ਆ। ਵਿਚਾਰਾ ਡਰਦਾ, ਹੈ ਨਾ, ਛੇਪ ਮੰਨਦਾ ਕਿ ਯਾਰ ਕੁੜੀ ਰਿਸ਼ਤੇਦਾਰੀ 'ਚੋਂ ਇੱਦਾਂ ਇੱਦਾਂ ਕਰਕੇ। ਆ ਜਿੰਨੇ ਇੱਥੇ ਆਪਦੇ ਮਾਰ ਕਰਦੇ ਨਾ, ਉੱਥੇ ਕੋਈ ਮਾਰ ਨਹੀਂ ਕਰਦਾ ਹੈਗਾ। ਪਲੀਜ਼ ਜਦੋਂ ਵੀ ਤੁਸੀਂ ਇੱਥੇ ਆਉਣੇ ਹੋ ਕੈਨੇਡਾ ਦੇ ਵਿੱਚ, ਕਿਸੇ ਨਾਲ ਆਪਦਾ ਰੋਟੀ ਪਾਣੀ ਸਾਂਝਾ ਨਾ ਰੱਖੋ। ਖੰਡ ਵਾਲੀ ਵੀਡੀਓ ਬਣਾਉਣ ਦਾ ਮਕਸਦ ਤਾਂ ਵੀਰੇ ਇਹੀ ਆ ਕਿ ਜਦੋਂ ਹੁਣ ਨਵੇਂ ਸਟੂਡੈਂਟ ਆਉਣਗੇ, ਤੁਹਾਨੂੰ ਪਤਾ ਸੈਪਟੈਂਬਰ ਇਨਟੇਕ ਦੇ ਵਿੱਚ ਨਵੇਂ ਆਉਣੇ ਆ, ਕਿ ਵੀਰੇ ਆਪਦਾ ਰਾਸ਼ਨ ਪਾਣੀ ਅੱਡ ਰੱਖਿਓ, ਅਤੇ ਹੈ ਨਾ, ਸਾਰਾ ਰਾਸ਼ਨ ਪਾਣੀ ਤੁਹਾਨੂੰ ਇੱਥੇ ਵਾਲੇ PR ਲੋਕਾਂ ਦਾ ਵੀ ਖਰਚਾ ਝੱਲਣਾ ਪੈਣਾ ਗਾ। ਥੋੜ੍ਹਾ ਕੁ ਦਿਮਾਗ ਤੋਂ ਕੰਮ ਲਿਆ ਕਰੋ, ਇੰਨੇ ਭੋਲੇ ਭਾਲੇ ਹੁੰਦੇ ਆ ਨਾ ਯਾਰ। ਸੱਚੀ ਇਹ ਗੱਲਾਂ ਮੇਰੇ ਨਾਲ ਵੀ ਹੋਈਆਂ ਨੇ, ਹੈ ਨਾ, ਕਿੰਨੀਆਂ ਹੀ ਲੁੱਟਾਂ ਹੋਈਆਂ। ਪਤਾ ਨਹੀਂ ਹੁਣ ਮੈਂ ਦੇਖਣਾ ਜਾ ਕੇ ਕਿ ਯਾਰ ਉਹਨਾਂ ਦੇ ਮਹਿਲ ਬਣ ਗਏ ਕਿ ਰਹਿ ਗਏ, ਕੀ ਪਤਾ ਅਗਲੇ ਨੇ ਕਿੱਡਾ ਕੁ ਬੰਗਲਾ ਲੈ ਲਿਆ ਹੋਵੇ। ਅਤੇ ਵੀ ਪਲੀਜ਼ ਨਵੇਂ ਸਟੂਡੈਂਟਾਂ ਨੂੰ ਖਾਇਆ ਨਾ ਕਰੋ, ਹੈ ਨਾ। ਮਾਂ ਪਿਓ ਬਹੁਤ ਔਖੇ ਹੋ ਕੇ ਭੇਜਦੇ ਨੇ ਇੱਥੇ, ਪਤਾ ਨਹੀਂ ਕਿਸੇ ਨੇ ਸੋਨਾ ਵੇਚਿਆ ਹੁੰਦਾ, ਕਿਸੇ ਨੇ ਜ਼ਮੀਨਾਂ ਵੇਚੀਆਂ ਹੁੰਦੀਆਂ ਨੇ। ਆ ਖੰਡਾ ਖੁੰਡਾ ਦੱਬ ਕੇ ਤਾਂ ਨਾ ਹੋਰ ਨਾ ਕਿਤੇ ਤੂੰ ਇੱਥੇ ਡੋਜ ਲੈ ਲਏ।